Like the video, subscribe to the channel and press the bell icon for latest video update. ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਭਾਰਤ ਸਰਕਾਰ ਨੇ ਪੂਰੇ ਇੰਡੀਆ ਵਿੱਚ ਸਮਾਰਟ ਸਿਟੀਜ਼ ਬਣਾਉਣੇ ਮਾਡਰਨ ਫੈਸਿਲਿਟੀਜ਼ ਦੇਣੀਆਂ ਹੈਗੀਆਂ ਸਾਡੇ ਪੰਜਾਬ ਵਿੱਚੋਂ ਵੀ ਤਿੰਨ ਸ਼ਹਿਰ ਜਿਹੜਾ ਅੰਮ੍ਰਿਤਸਰ ਜਲੰਧਰ ਅਤੇ ਲੁਧਿਆਣਾ ਇਹ ਸਮਾਰਟ ਸਿਟੀ ਵੱਲੋਂ ਆਲਰੇਡੀ ਇਹੋ ਇਹਨਾਂ ਦੀ ਸਿਲੈਕਸ਼ਨ ਹੋ ਚੁੱਕੀ ਹੈਗੀ ਆ ਪਰ ਬੜੀ ਮਜ਼ੇਦਾਰ ਗੱਲ ਇਹ ਹੈਗੀ ਆ ਸਮਾਰਟ ਸਿਟੀ ਸਿਲੈਕਸ਼ਨ ਵੀ ਹੋ ਗਈ ਪਿੱਛੇ ਜੇ ਮੈਂ ਇੱਕ ਸੀਨੀਅਰ ਅਫਸਰ IAS ਅਫਸਰ ਦਾ ਇੰਟਰਵਿਊ ਕੀਤਾ ਸੀ ਉਹਨਾਂ ਨੇ ਵੀ ਦੱਸਿਆ ਸੀ ਉਹ ਮੈਂ ਪ੍ਰੋਗਰਾਮ ਵਿੱਚ ਵੀ ਤੁਹਾਨੂੰ ਦਿਖਾਉਣਾ ਹੈਗਾ ਵੀ ਫੈਸਿਲਿਟੀ ਤਾਂ ਦੇਣੀਆਂ ਪਰ ਜਦੋਂ ਵੀ ਜਿਹੜੀ ਬਾਰਿਸ਼ ਹੁੰਦੀ ਹੈਗੀ ਆ ਹੁਣ ਨਹੀਂ ਬੜੇ ਸਾਲਾਂ ਤੋਂ ਹੁਣ ਤਾਂ ਖੈਰ ਬਹੁਤ ਹੀ ਜ਼ਿਆਦਾ ਸਮੱਸਿਆ ਹੋ ਗਈ ਹੈਗੀ ਮੜ੍ਹ ਜੀ ਬਾਰਿਸ਼ ਆਵੇ ਔਰ ਇੱਕ ਇੱਕ ਦੋ ਦੋ ਈਵਨ ਤਿੰਨ ਤਿੰਨ ਫੁੱਟ ਪਾਣੀ ਖੜ੍ਹਾ ਹੋ ਜਾਂਦਾ ਈਵਨ ਪੌਸ਼ ਇਲਾਕਿਆਂ 'ਚ ਜਿਹੜੇ ਵਿਚਾਰੇ ਅਨਪ੍ਰਿਵਲੇਜ ਇਲਾਕੇ ਉਹਨਾਂ ਦੀ ਤਾਂ ਗੱਲ ਹੀ ਛੱਡੋ ਤੁਸੀਂ ਉਹਨਾਂ ਦੀ ਤਾਂ ਕਿਤੇ ਆਪਾਂ ਗੱਲ ਹੀ ਨਹੀਂ ਕਰਦੇ ਹੈਗੇ ਸੋ ਇਹ ਇੱਕ ਚੀਜ਼ਾਂ ਦੇਖਣ ਵਾਲੀਆਂ ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਸਮਾਰਟ ਸਿਟੀਜ਼ ਬਣਾਉਣੇ ਹੈਗੇ ਇੱਕ ਪਾਸੇ ਮੜ੍ਹ ਜੀ ਬਾਰਿਸ਼ ਆਉਂਦੀ ਹੈਗੀ ਹੈ ਇਮੀਡੀਏਟਲੀ ਪਾਣੀ ਜਮ੍ਹਾਂ ਹੋ ਜਾਂਦਾ ਸਮਾਰਟ ਸਿਟੀਜ਼ ਜੇ ਬਣਾਉਣੇ ਹੈਗੇ ਆ ਐਟਲੀਸਟ ਤੁਸੀਂ ਇਹਨਾਂ ਦਾ ਜਿਹੜਾ ਪਾਣੀ ਦਾ ਨਿਕਾਸ ਹੈਗਾ ਉਹਨੂੰ ਪ੍ਰੋਪਰ ਕਰਨੇ ਦੀ ਲੋੜ ਹੈਗੀ ਤੁਸੀਂ ਪਾਰਕ ਬਣਾ ਲਓਗੇ ਸੜਕਾਂ ਚਲੋ ਬਣਾ ਦਿਓਗੇ ਹੋਰ ਫਲਾਈਓਵਰ ਬਣਾ ਲਓਗੇ ਜੇ ਉਹਦਾ ਜਿਹੜਾ ਹੈਗਾ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਹੈਗਾ ਤਾਂ ਉਹਦਾ ਫਾਇਦਾ ਕੀ ਸਮਾਰਟ ਸਿਟੀ ਦਾ ਉਹ ਤਾਂ ਬਲਕਿ ਸਮਾਰਟ ਛੱਡ ਕੇ ਵਰਸ ਸਿਟੀ ਹੋ ਜਾਂਦਾ ਹੈਗਾ ਆ ਕੱਲ੍ਹ ਹੀ ਬਾਰਿਸ਼ ਹੋਈ ਆ ਪੰਜਾਬ ਵਿੱਚ ਪਹਿਲਾਂ ਵੀ ਤੁਹਾਨੂੰ ਪਤਾ ਹੈਗਾ ਬਠਿੰਡੇ ਵਿੱਚ ਬਹੁਤ ਬੁਰੀ ਹਾਲਤ ਸੀ ਜਲੰਧਰ 'ਚ ਕੁਛ ਹੋਰ ਸ਼ਹਿਰਾਂ ਵਿੱਚ ਬੁਰੀ ਹਾਲਤ ਸੀ ਆ ਹੁਣ ਇਹ ਤੁਹਾਨੂੰ ਥੋੜ੍ਹੇ ਜਿਹੇ ਹੋਰ ਸ਼ਾਰਟਸ ਲੇਟੈਸਟ ਦਿਖਾਉਂਦੇ ਹੈਗੇ ਬਾਕੀ ਗੱਲਬਾਤ ਮੈਂ ਬਾਅਦ ਵਿੱਚ ਕਰਦਾ ਹੈਗਾ ਦਰਸ਼ਕੋ ਇਹ ਤਾਜ਼ੀ ਸ਼ਾਰਟ ਆ ਅੰਮ੍ਰਿਤਸਰ ਸ਼ਹਿਰ ਦੀ ਤੁਸੀਂ ਦੇਖ ਰਹੇ ਹੋ ਕਿੰਨਾ ਪੌਸ਼ ਇਲਾਕਾ ਹੈਗਾ ਪਰ ਔਰ ਇੱਥੇ ਇਹ ਸਮੁੰਦਰ ਪਾਣੀ ਦਾ ਚੱਲ ਰਿਹਾ ਹੈਗਾ ਜੇ ਕਿਤੇ ਜ਼ਰੂਰੀ ਕਿਸੇ ਨੇ ਕੰਮ ਜਾਣਾ ਕੋਈ ਹੋਰ ਹੈਗਾ ਕਿਤੇ ਦਵਾਈ ਲੈਣੀ ਕਿਤੇ ਪੇਸ਼ੈਂਟ ਨੂੰ ਲੈ ਕੇ ਜਾਣਾ ਕਿਸੇ ਦਾ ਇਗਜ਼ਾਮ ਹੈਗਾ ਅਤੇ ਉਹ ਤਾਂ ਫਿਰ ਖਤਮ ਹੋ ਗਿਆ ਬੰਦਾ ਔਰ ਬੜੇ ਮਜ਼ੇਦਾਰ ਅੰਮ੍ਰਿਤਸਰ ਦਾ ਸ਼ਹਿਰ ਸਮਾਰਟ ਸਿਟੀ ਵਿੱਚ ਵੀ ਇਹ ਸਮਾਰਟ ਸਿਟੀ ਕਾਹਦਾ ਇਹ ਤਾਂ ਫਲੱਡਡ ਸਿਟੀ ਆ ਇਸ ਤਰ੍ਹਾਂ ਪੰਜਾਬ ਦੇ ਹੋਰ ਸ਼ਹਿਰ ਹੈਗੇ ਆ ਅਤੇ ਜੇ ਸਮਾਰਟ ਸਿਟੀ ਬਣਾਉਣੇ ਆ ਮੋਟਰਸਾਈਕਲ ਚੱਲਦੇ ਹੈਗਾ ਤੁਸੀਂ ਸਮਾਰਟ ਬਾਅਦ ਵਿੱਚ ਬਣਾ ਲਿਓ ਪਹਿਲਾਂ ਇਹਦਾ ਜਿਹੜਾ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰ ਲਓ ਪ੍ਰੋਪਰਲੀ ਜਦੋਂ ਹੋ ਜਾਏਗਾ ਉਹ ਤੋਂ ਬਾਅਦ 'ਚ ਫਿਰ ਅਗਲੀਆਂ ਫੈਸਿਲਿਟੀ ਜੋ ਦੇਣੀਆਂ ਹੈਗੀਆਂ ਉਹ ਇੱਕ ਦੇ ਸਾਲ ਬਾਅਦ ਆ ਜਾਣ ਕਿਉਂਕਿ ਜਿਹੜਾ ਹੈਗਾ ਪ੍ਰੋਪਰ ਡਰੇਨੇਜ ਸਿਸਟਮ ਅਤੇ ਜਿਹੜਾ ਪਾਣੀ ਦਾ ਬਹਾਵ ਉਹ ਆਊਟਲੈਟ ਉਹਦੇ ਪ੍ਰੋਪਰ ਚਾਹੀਦੇ ਤਦੇ ਸਮਾਰਟ ਸਿਟੀ ਬਣਾਉਣ ਦਾ ਫਾਇਦਾ ਹੈਗਾ ਅਦਰਵਾਈਜ਼ ਸਮਾਰਟ ਸਿਟੀ ਨਹੀਂ ਫਲੱਡਡ ਸਿਟੀ ਪ੍ਰੋਜੈਕਟ ਇਹ ਹੋਣੇ ਚਾਹੀਦੇ ਭਾਵੇਂ ਗੌਰਮੈਂਟ ਆਫ ਇੰਡੀਆ ਨੇ ਸਮਾਰਟ ਸਿਟੀ ਬਣਾਉਣ ਲਈ ਬਹੁਤ ਸਾਰੇ ਫੰਡ ਜਾਰੀ ਕੀਤੇ ਹੈਗੇ ਆ ਇਹਨਾਂ ਨੇ ਪਲੈਨਿੰਗ ਵੀ ਠੀਕ ਹੈ ਲੱਗੀ ਹੈਗੀ ਮੈਨੂੰ ਐਸੀ ਕੋਈ ਗੱਲ ਨਹੀਂ ਹੈਗੀ ਆ ਭਾਰਤ ਸਰਕਾਰ ਦੀ ਬੇਸਿਕ ਪਲੈਨਿੰਗ ਜੋ ਮਨਸ਼ਾ ਨਹੀਂ ਗਲਤ ਕਹਿ ਸਕਦੇ ਹੈਗੇ ਪਰ ਉਹ ਗੱਲ ਹੈਗੀ ਵੀ ਐਗਜ਼ੀਕਿਊਟ ਕਿਵੇਂ ਹੁੰਦੀ ਹੈਗੀ ਜੋ ਇਹਨਾਂ ਨੇ ਦੱਸਿਆ ਹੈਗਾ ਵੀ IAS ਅਫਸਰ ਵਿਸ਼ੇਸ਼ ਸਰੰਗਲ ਜੀ ਨੇ ਵੀ ਇਹਦਾ ਜਿਹੜਾ ਹੈਗਾ ਪਾਰਕ ਕਿੱਥੇ ਬਣਾਉਣੇ ਹੈਗੇ ਰੋਡਸ ਕਿਵੇਂ ਬਣਾਉਣੀਆਂ ਟ੍ਰੈਫਿਕ ਮੈਨੇਜਮੈਂਟ ਕਿਵੇਂ ਕਰਨੀ ਹੈਗੀ ਆ ਫਲਾਈਓਵਰ ਕਿਵੇਂ ਬਣਨੇ ਹੈਗੇ ਜਿਹੜੇ ਸਕੂਲਾਂ ਦੇ ਕਲਾਸਰੂਮ ਕਿਵੇਂ ਕਰਨੇ ਹੈਗੇ ਆ ਪਰ ਜਦੋਂ ਉਹਨਾਂ ਨੂੰ ਜਾਣੇ ਦਾ ਰਸਤੇ ਹੀ ਨਹੀਂ ਠੀਕ ਹੈਗੇ ਤਾਂ ਉਹ ਉਹਨਾਂ ਦੀਆਂ ਫੈਸਿਲਿਟੀ ਦੇਣੇ ਦਾ ਕੋਈ ਫਾਇਦਾ ਨਹੀਂ ਹੈਗਾ ਸਭ ਤੋਂ ਪਹਿਲਾਂ ਜਿਹੜੀ ਮੇਨ ਪ੍ਰਾਇਓਰਟੀ ਆ ਤੁਸੀਂ ਉਹ ਦੇਖੋ ਪਾਣੀ ਦਾ ਨਿਕਾਸ ਹੋ ਰਿਹਾ ਹੈਗਾ ਜੇ ਕਿਤੇ ਨੀਵੇਂ ਰਸਤੇ ਹੈਗੇ ਉਹਨਾਂ ਨੂੰ ਪ੍ਰੋਪਰਲੀ ਉਹਨਾਂ ਨੂੰ ਲੈਵਲਿੰਗ ਕਰਕੇ ਅਪ ਕਰੋ ਪਾਣੀ ਦਾ ਪ੍ਰੋਪਰ ਨਿਕਾਸ ਹੋਵੇ ਫਿਰ ਉਹ ਤੋਂ ਬਾਅਦ 'ਚ ਇਹ ਜਿਹੜੇ ਸਟੈਪ ਲੈਣੇ ਦੀ ਜ਼ਰੂਰਤ ਹੈ ਆਓ ਤੁਹਾਨੂੰ ਜਿਹੜੀ ਇੰਟਰਵਿਊ ਹੋਈ ਸੀ ਉਹਦੇ ਕੁਛ ਅੰਸ਼ ਦਿਖਾਉਂਦੇ ਹੈਗੇ ਸਮਾਰਟ ਸਿਟੀ ਪ੍ਰੋਜੈਕਟ ਇਹ ਗੌਰਮੈਂਟ ਆਫ ਇੰਡੀਆ ਦਾ ਇੱਕ ਇਨੀਸ਼ੀਏਟਿਵ ਸੀਗਾ ਜਿਹਦੇ 'ਚ ਕਿ 100 ਆਪਾਂ ਸਮਾਰਟ ਸਿਟੀਜ਼ ਸਿਲੈਕਟ ਕੀਤੇ ਓਵਰਆਲ ਪੂਰੇ ਦੇਸ਼ 'ਚ ਇਹਦੇ ਵਿੱਚੋਂ ਜਲੰਧਰ ਸ਼ਹਿਰ ਵੀ ਇੱਕ ਸਮਾਰਟ ਸਿਟੀ ਸ਼ਹਿਰ ਦੇ ਵਿੱਚ ਪ੍ਰੋਜੈਕਟ ਦੇ ਵਿੱਚ ਸਿਲੈਕਟ ਹੋਇਆ ਸੀਗਾ ਜਿਸਦੀ 2014 'ਚ ਸਾਰੀ ਪਬਲਿਕ ਫੀਡਬੈਕ ਦੇ ਮੁਤਾਬਿਕ ਸਾਰਿਆਂ ਦੇ ਵਿਊ ਪੁਆਇੰਟਸ ਲੈਂਦੇ ਹੋਏ ਆਪਾਂ ਇੱਕ ਸਮਾਰਟ ਸਿਟੀ ਪ੍ਰਪੋਜ਼ਲ ਤਿਆਰ ਕੀਤੀ ਸੀ ਜਿਹੜੀ ਕਿ ਆਪਾਂ ਗੌਰਮੈਂਟ ਆਫ ਇੰਡੀਆ ਨੂੰ ਭੇਜੀ ਸੀ ਉਹ ਪ੍ਰਪੋਜ਼ਲ ਦੇ ਮੁਤਾਬਿਕ ਜਿਹੜੇ ਜਿਹੜੇ ਪ੍ਰੋਜੈਕਟਸ ਆਪਾਂ ਉਹ ਲਿਖੇ ਸੀਗੇ ਉਹ ਪ੍ਰੋਜੈਕਟਸ ਨੂੰ ਹੁਣ ਇਸ ਵੇਲੇ ਆਪਾਂ ਅਮਲੀ ਜਮਾ ਪਹਿਨਾ ਰਹੇ ਪੰਜਾਬ ਵਿੱਚੋਂ ਮੇਰੇ ਖਿਆਲ ਤਿੰਨ ਸ਼ਹਿਰ ਨੋਮੀਨੇਟ ਹੋਏ ਸੀ ਜਲੰਧਰ ਅੰਮ੍ਰਿਤਸਰ ਤੇ ਲੁਧਿਆਣਾ ਹਾਂਜੀ ਇਹਨਾਂ ਦਾ ਮੇਨ ਕ੍ਰਾਈਟੀਰੀਆ ਕੀ ਹੁੰਦਾ ਹੈਗਾ ਇਦਾਂ ਦੇ ਸਮਾਰਟ ਸਿਟੀ ਵਿੱਚ ਲੈਣੇ ਹੈਗੇ ਆ ਕੋਈ ਸਮਾਰਟ ਸਿਟੀ ਚ ਮੇਜਰਲੀ ਇੱਕ ਇਹ ਕੰਪੀਟੀਸ਼ਨ ਸੀਗਾ ਸਾਰੇ ਸ਼ਹਿਰਾਂ ਦਾ ਆਲ ਅਕਰੋਸ ਇੰਡੀਆ ਪੂਰੇ ਦੇਸ਼ ਦੇ ਵਿੱਚ ਜਿਹਦੇ ਵਿੱਚ ਕਿ ਹਰ ਸ਼ਹਿਰ ਨੇ ਆਪਣੀ ਪਬਲਿਕ ਫੀਡਬੈਕ ਦੇ ਰਾਹੀਂ ਐਂਡ ਡਿਫਰੈਂਟ ਡਿਫਰੈਂਟ ਨੁਮਾਇੰਦਿਆਂ ਦੇ ਰਾਹੀਂ NGOs ਦੇ ਰਾਹੀਂ ਇਹਦੀ ਇੱਕ ਪ੍ਰਪੋਜ਼ਲ ਤਿਆਰ ਕਰਕੇ ਕਿ ਆਪਾਂ ਸਮਾਰਟ ਸਿਟੀ ਦੇ ਅੰਦਰ ਕੀ ਪ੍ਰੋਜੈਕਟ ਕਰਨਾ ਚਾਹੁੰਦੇ ਹਾਂ ਉਹ ਪ੍ਰਪੋਜ਼ਲ ਤਿਆਰ ਕਰਕੇ ਆਪਾਂ ਗੌਰਮੈਂਟ ਆਫ ਇੰਡੀਆ ਨੂੰ ਭੇਜੀ ਸੀ ਤੇ ਇਸ
ਪ੍ਰਪੋਜ਼ਲ ਦੇ ਮੁਤਾਬਿਕ ਹੀ ਉਹਨਾਂ ਨੇ ਸਿਲੈਕਸ਼ਨ ਕੀਤੀ ਹੈਗੀ ਹੈ। ਇੱਥੇ ਤਿੰਨ ਸ਼ਹਿਰ ਸਿਲੈਕਟ ਹੋਇਆ ਜਿਸ 'ਚ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਹੋਇਆ, ਤਿੰਨ ਸ਼ਹਿਰ ਪੰਜਾਬ ਦੇ ਸਿਲੈਕਟ ਹੋਏ। ਇਹ ਜਿਵੇਂ ਜਲੰਧਰ ਦੇ ਜਿਹੜੇ ਲੋਕੀ ਆ ਬਾਹਰ ਬੜੇ ਗਏ ਹੈਗੇ ਆ, ਬਹੁਤ ਸਾਰੇ NRI ਆਉਂਦੇ ਰਹਿੰਦੇ ਹੈਗੇ, ਉਹਨਾਂ ਲਈ ਬੜੀ ਖੁਸ਼ੀ ਦੀ ਗੱਲ ਹੈਗੀ ਆ। ਪਰ ਇਹਦੇ ਨਾਲ ਨਾਲ ਦਰਸ਼ਕਾਂ ਨੂੰ ਇਹ ਦੱਸੋ ਵੀ ਇਹਦੇ ਵਿੱਚ ਕਿਹੜੇ ਕਿਹੜੇ ਸਟੈਪਸ ਤੁਸੀਂ ਲੈਣੇ ਹੁੰਦੇ ਹੈਗੇ ਆ, ਮਤਲਬ ਇਨ ਫਿਊਚਰ, ਤਾਂ ਕਿ ਜਿਵੇਂ ਜਲੰਧਰ ਦੀ ਗੱਲ ਕਰੀਏ ਉਹ ਸਮਾਰਟ ਸਿਟੀ ਬਣ ਜਾਵੇ। ਜਲੰਧਰ ਦੇ ਅੰਤਰਗਤ ਆਪਾਂ ਜੇ ਸਮਾਰਟ ਸਿਟੀ ਪ੍ਰੋਜੈਕਟ ਦੇ ਅੰਤਰਗਤ ਆਪਾਂ ਕਾਫੀ ਸਾਰੇ ਪ੍ਰੋਜੈਕਟ ਇਹਦੇ ਵਿੱਚ ਲਿੱਤੇ ਹੈਗੇ, ਜਿਹਦੇ ਵਿੱਚ ਮੇਜਰ ਪ੍ਰੋਜੈਕਟ ਜਿਹੜਾ ਸਿਕਿਉਰਿਟੀ ਨੂੰ ਲੈ ਕੇ ਸੀਗਾ, ਕਿਉਂਕਿ ਜਦੋਂ ਆਪਾਂ ਪਬਲਿਕ ਫੀਡਬੈਕ ਲਿੱਤੀ ਤੇ ਸਿਕਿਉਰਿਟੀ ਵਾਜ ਦਾ ਨੰਬਰ 1 ਪੁਆਇੰਟ ਕਿ ਸਾਡੀ ਸਿਕਿਉਰਿਟੀ ਐਂਡ ਬਾਕੀ ਫੈਸਿਲਿਟੀਜ਼ ਐਮਰਜੈਂਸੀ ਰਿਸਪੋਂਸ ਵਧੀਆ ਹੋਣਾ ਚਾਹੀਦਾ, ਤੇ ਇਸ ਦੇ ਮੁਤਾਲਕ ਆਪਾਂ ਇਹਦੇ ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਬਣਾਉਣ ਦੀ ਗੱਲ ਕੀਤੀ ਸੀ, ਜਿਸ ਦੇ ਅੰਤਰਗਤ ਆਪਾਂ ਸ਼ਹਿਰ ਦੀਆਂ ਸਾਰੀਆਂ ਜਿਹੜੀਆਂ ਐਮਰਜੈਂਸੀ ਸਰਵਿਸਿਸ ਹੈਗੀਆਂ, ਸਿਕਿਉਰਿਟੀ ਸਰਵਿਸਿਸ ਹੈਗੀਆਂ, ਮਿਊਨਿਸਪਲ ਫੰਕਸ਼ਨ ਹੈਗੀਆਂ, ਰੋਡ ਨੈਟਵਰਕ ਹੈਗਾ ਦੀ ਜਿਹੜੀ ਮੋਨੀਟਰਿੰਗ ਹੈਗੀ ਹੈ, ਟ੍ਰੈਫਿਕ ਦੀ ਜਿਹੜੀ ਮੋਨੀਟਰਿੰਗ ਹੈਗੀ ਹੈ, ਉਹ ਸਾਰੀ ਆਪਾਂ ਇੱਕ ਪਲੇਟਫਾਰਮ ਤੇ ਲਿਆ ਕੇ ਤੇ ਉਸ ਦੇ ਵਿੱਚ ਆਪਾਂ ਇੱਕ ਇੰਟੀਗ੍ਰੇਟਿਡ ਕੰਟਰੋਲ ਸੈਂਟਰ ਸਥਾਪਿਤ ਕਰਨਾ ਸੀਗਾ, ਜਿਹਦੀ ਕਿ ਆਲਰੇਡੀ ਆਪਾਂ ਬਿਲਡਿੰਗ ਦੀ ਸਾਰੀ ਸ਼ੁਰੂ ਹੋ ਚੁੱਕੀ ਹੈ ਤੇ ਟੈਂਡਰ ਜਿਹੜਾ ਹੈਗਾ ਇੰਟੀਗ੍ਰੇਟ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਆਲਰੇਡੀ ਇਨ ਪਲੇਸ ਹੈਗਾ ਤੇ ਆਪਾਂ ਜਲਦੀ ਉਹਨੂੰ ਵੀ ਕਲੋਜ਼ ਕਰ ਦਾਂਗੇ। ਬਹੁਤ ਅੱਛੀ ਗੱਲ। ਇਹਦੇ ਨਾਲ ਨਾਲ ਜਿਹੜੇ ਸਕੂਲਾਂ ਦਾ ਵੀ ਇਨਫਰਾਸਟ੍ਰਕਚਰ, ਉਹਨਾਂ ਦੀ ਸਮਾਰਟ ਲੁੱਕ, ਉਹ ਕੀ ਪ੍ਰੋਜੈਕਟ ਹੈਗਾ ਸਕੂਲਾਂ ਵਾਸਤੇ? ਆਪਾਂ ਸਾਡੇ ਕੋਲ ਰਿਕੁਆਇਰਮੈਂਟ ਆਈ ਸੀਗੀ ਪੰਜਾਬ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਕਿ ਜਿਹੜੇ ਜਲੰਧਰ ਦੇ ਅੰਤਰਗਤ ਸਰਕਾਰੀ ਸਕੂਲ ਹੈਗੇ ਉਹਨਾਂ ਨੂੰ ਆਪਾਂ ਸਮਾਰਟ ਸਕੂਲ ਬਣਾਵਾਂਗੇ, ਤੇ ਜਿੰਨੇ ਵੀ ਕਾਰਪੋਰੇਸ਼ਨ ਏਰੀਆ ਚ ਸਕੂਲ ਸੀਗੇ ਉਹ ਸਾਰੇ 141 ਸਕੂਲ ਹੈਗੇ, ਇਹ ਸਾਰੇ ਸਾਰੇ ਸਕੂਲਾਂ ਵਾਸਤੇ ਆਪਾਂ ਸਮਾਰਟ ਸਿਟੀ ਵੱਲੋਂ ਫੰਡ ਜਾਰੀ ਕਰ ਚੁੱਕੇ ਐਜੂਕੇਸ਼ਨ ਡਿਪਾਰਟਮੈਂਟ ਤੇ ਉਹਨਾਂ ਨੇ ਆਪਣੇ ਵੱਲੋਂ ਵੀ ਟੈਂਡਰ ਲਗਾਇਆ ਹੋਇਆ ਤੇ ਜਲਦ ਤੋਂ ਜਲਦ ਉਹ ਕਲਾਸ ਰੂਮਸ ਨੂੰ ਇਹਨੂੰ ਸਮਾਰਟ ਬਣਾਉਣਗੇ, ਜਿਹਦੇ ਵਿੱਚ ਕਿ ਆਪਾਂ ਮੇਜਰ ਫੋਕਸ ਹੋਏਗਾ ਡਿਜੀਟਲ ਲਿਟਰੇਸੀ ਦੇ ਉੱਤੇ, ਕਿਉਂਕਿ ਅੱਜ ਕੱਲ ਆਪਾਂ ਦੇਖ ਰਹੇ ਹਾਂ ਅੱਜ ਕੱਲ ਡਿਜੀਟਲ ਲਿਟਰੇਸੀ, ਡਿਜੀਟਲ ਲਿਟਰੇਸੀ ਬਹੁਤ ਅੱਛੀ ਗੱਲ ਹੈ, ਤੇ ਸਕੂਲਾਂ ਵਿੱਚ ਵੀ ਇਹ ਪ੍ਰੋਜੈਕਟ ਸ਼ੁਰੂ ਹੋ ਜਾਣਗੇ ਡਿਜੀਟਲ ਲਿਟਰੇਸੀ, ਡਿਜੀਟਲ ਲਿਟਰੇਸੀ ਦੇ। ਹਾਂਜੀ ਹਾਂ, ਤੇ ਇਹਦੇ ਵਾਸਤੇ ਕੰਟੈਂਟ ਉਹਨਾਂ ਨੇ ਆਲਰੇਡੀ ਡਿਵੈਲਪ ਕੀਤਾ ਹੋਇਆ, ਪਲੇਟਫਾਰਮ ਉਹਨਾਂ ਕੋਲ ਜਲਦ ਤੋਂ ਜਲਦ ਆ ਜਾਏਗਾ, ਤੇ ਤਾਂ ਕਿ ਆਪਾਂ ਜਿਹੜੇ ਸਰਕਾਰੀ ਸਕੂਲਸ ਹੈ ਉਹਨਾਂ ਦੇ ਕਲਾਸ ਰੂਮਸ ਨੂੰ ਸਮਾਰਟ ਕਲਾਸ ਰੂਮਸ ਬਣਾ ਸਕੇ। ਕਈ ਵਾਰੀ ਕਿਤੇ ਪੜ੍ਹਦੇ ਆ ਜਿਵੇਂ ਟੋਇਲਟਸ ਪ੍ਰੋਪਰ ਨਹੀਂ ਜਾ ਕੇ, ਉਹ ਵੀ ਉਹਦੇ ਪ੍ਰੋਜੈਕਟ ਦੇ ਵਿੱਚ ਹੀ ਸ਼ਾਮਿਲ ਹੁੰਦੇ ਹੈ? ਨਹੀਂ, ਇਹਦੇ ਚ ਆਪਾਂ ਸਿਰਫ ਤੇ ਸਿਰਫ ਫੋਕਸ ਕੀਤਾ ਹੈਗਾ ਮੇਜਰਲੀ ਡਿਜੀਟਲ ਲਿਟਰੇਸੀ ਦੇ ਉੱਤੇ। ਸਾਡੇ ਬਹੁਤ ਸਾਰੇ ਪੰਜਾਬ ਦੇ ਲੋਕੀ ਬਾਹਰ ਗਏ ਹੈਗੇ ਆ, ਬੜੇ ਅੱਛੇ ਅੱਛੇ ਉਹਨਾਂ ਦੇ ਕਾਰੋਬਾਰ ਆ, ਪੰਜਾਬ ਵਿੱਚ ਬਹੁਤ ਸਾਰਾ ਪੈਸਾ ਇਨਵੈਸਟ ਵੀ ਕਰਦੇ ਹੈਗੇ। ਮੈਂ ਜਦੋਂ ਪੁੱਛਿਆ ਉਹਨਾਂ ਨੂੰ ਵੀ ਜੇ ਕੋਈ ਬਾਹਰਲਾ NRI ਕੁਛ ਆਪਣੀ ਇੱਛਾ ਰਾਹੀਂ ਕੋਈ ਸੁਝਾਅ ਦੇਣਾ ਚਾਹੁੰਦਾ ਹੈਗਾ ਜਾਂ ਈਵਨ ਕੁਛ ਮਨੀ ਕੰਟਰੀਬਿਊਟ ਕਰਨਾ ਚਾਹੁੰਦਾ ਹੈਗਾ, ਉਹਨਾਂ ਨੇ ਕਿਹਾ ਹੈਗਾ ਫਿਲਹਾਲ ਸਮਾਰਟ ਸਿਟੀ ਪ੍ਰੋਜੈਕਟ ਅੰਡਰ ਗੌਰਮੈਂਟ ਆਫ ਇੰਡੀਆ ਵੱਲੋਂ ਸਫੀਸ਼ੈਂਟ ਫੰਡ, ਵੈਸੇ ਗੌਰਮੈਂਟ ਆਫ ਇੰਡੀਆ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈਗੀ, ਜਿਹੜੇ ਵੀ ਸੈਂਟਰਲੀ ਸਪੋਂਸਰਡ ਸਕੀਮਾਂ ਹੈਗੀਆਂ ਉਹ ਤਾਂ ਜਾਂ ਤਾਂ ਇੱਥੇ ਸਟੇਟਾਂ ਵਿੱਚ ਆ ਕੇ ਉਹ ਖੁਰਦ ਬੁਰਦ ਹੋ ਜਾਂਦੀਆਂ, ਜਾਂ ਫਿਰ ਇੱਥੇ ਕੁਛ ਸਟੇਟਾਂ ਦਾ ਸਿਸਟਮ ਇੱਦਾਂ ਦਾ ਹੈਗਾ ਉਹਦੇ ਵਿੱਚ ਟ੍ਰਾਂਸਪੇਰੈਂਸੀ ਨਹੀਂ ਹੈਗੀ ਆ, ਕਰਪਸ਼ਨ ਦਾ ਇਨਵੋਲਵਮੈਂਟ ਜ਼ਿਆਦਾ ਹੋ ਜਾਂਦੀ, ਬਹੁਤ ਸਾਰਾ ਪੈਸਾ ਖੁਰਦ ਬੁਰਦ ਹੋ ਜਾਂਦਾ, ਸਾਨੂੰ ਪਤਾ ਹੀ ਹੈ ਸਾਰਾ ਇਹਦੇ ਵੱਜ ਕੇ। ਇਹਦੇ ਲਈ ਬਹੁਤ ਅਵੇਅਰਨੈਸ ਹੋਣੇ ਦੀ ਜ਼ਰੂਰਤ, ਜਿੱਥੇ ਤੁਹਾਨੂੰ ਪਤਾ ਲੱਗਦਾ ਕਿ ਉੱਥੇ RTI ਪਾ ਕੇ ਤੁਸੀਂ ਦੇਖੋ ਇਹ ਪੈਸਾ ਕਿੱਥੇ ਗਿਆ ਕਿਵੇਂ ਨਹੀਂ, ਜੇ ਕੋਈ ਜ਼ਰੂਰਤ ਹੈਗੀ ਤਾਂ ਕੰਸਰਨਡ ਅਫਸਰ ਨੂੰ ਉਹਨਾਂ ਦੇ ਖਿਲਾਫ਼ ਵਿਜੀਲੈਂਸ ਜਾਂ ਉਹਨਾਂ ਦੇ ਡਿਪਾਰਟਮੈਂਟ ਨੂੰ ਸ਼ਿਕਾਇਤ ਕਰੋ ਤਾਂ ਕਿ ਉਹ ਇੱਦਾਂ ਦੇ ਟ੍ਰੈਪ ਵਿੱਚ ਆ ਸਕਣ। ਪਰ ਇਹ ਜੇ NRI ਹੀ ਸਾਡੇ ਆਪਣੇ ਕੁਛ ਸਮਾਰਟ ਸਿਟੀ ਜਾਂ ਕੋਈ ਆਪਣਾ ਜਿਹੜਾ ਵੀ ਸ਼ਹਿਰ ਜਲੰਧਰ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਜਾਂ ਚੰਡੀਗੜ੍ਹ ਕਿਤੇ ਨੂੰ ਬਿਲੋਂਗ ਕਰਦਾ ਉਦੋਂ ਆਪਣੇ ਸ਼ਹਿਰ ਲਈ ਪਿਆਰ ਹੈਗਾ, ਉਹ ਪੂਡਾ ਦੇ ਆਫਿਸ ਵਿੱਚ ਜਾ ਕੇ ਉਹਨਾਂ ਨੂੰ ਟਵਿੱਟਰ 'ਤੇ ਫੇਸਬੁੱਕ 'ਤੇ ਜਾਂ ਫੈਕਸ ਰਾਹੀਂ ਜਾਂ ਜਿਵੇਂ ਵੀ ਹੈਗਾ ਈਵਨ ਟੈਲੀਫੋਨ ਰਾਹੀਂ ਵੀ ਆਪਣੇ ਸੁਝਾਅ ਦੇ ਸਕਦਾ ਹੈਗਾ, ਜਿਹੜੇ ਕਿ ਕੰਸਰਨਡ ਆਫਿਸਰ ਦੇ ਆ ਤੁਹਾਡੇ ਸੁਝਾਵਾਂ ਦਾ ਜ਼ਰੂਰ ਧਿਆਨ ਰੱਖਣਗੇ। ਇਹਦੇ ਲਈ ਤੁਸੀਂ ਹੋਰ ਤੁਹਾਡੇ ਮਨ 'ਤੇ ਉਤਸ਼ਾਹ ਹੈਗਾ, ਯੂ ਕੈਨ ਮੇਲ ਟੂ ਚੀਫ ਸੈਕਟਰੀ ਪੰਜਾਬ ਗੌਰਮੈਂਟ ਜਾਂ CM ਆਫਿਸ ਨੂੰ ਵੀ, ਕਿਉਂਕਿ ਤੁਹਾਡਾ ਜਿਹੜਾ ਜਿੰਨੀ ਦੇਰ ਫੀਡਬੈਕ ਨਹੀਂ ਆਉਂਦਾ ਹੈਗਾ ਤੁਸੀਂ ਚਾਹੁੰਦੇ ਕਿ ਕਿਹੜੀ ਫੈਸਿਲਿਟੀ ਚਾਹੁੰਦੇ ਹੋ, ਉਨੀ ਦੇਰ ਪ੍ਰੋਪਰਲੀ ਡਿਵੈਲਪਮੈਂਟ ਨਹੀਂ ਹੋ ਸਕਦੀ। ਇਹਦੇ ਨਾਲ ਨਾਲ ਅਸੀਂ ਇਹ ਚਾਹੁੰਦੇ ਹੈਗੇ ਹਾਂ ਵੀ ਸਮਾਰਟ ਸਿਟੀ ਤਾਂ ਬਣਨ, ਪਰ ਸਮਾਰਟ ਸਿਟੀ ਦੇ ਨਾਲ ਨਾਲ ਸਮਾਰਟ ਰੋਡ ਅਤੇ ਸਮਾਰਟ ਜਿਹੜਾ ਹੈਗਾ ਪਾਣੀ ਦੀ ਮੈਨੇਜਮੈਂਟ ਇਹ ਹੋਣੀ ਬਹੁਤ ਲਾਜ਼ਮੀ ਆ, ਤਦੇ ਸਮਾਰਟ ਸਿਟੀ ਦਾ ਫਾਇਦਾ ਨਹੀਂ, ਨਹੀਂ ਤਾਂ ਜੇ ਤੁਸੀਂ ਬਾਕੀ ਚੀਜ਼ਾਂ ਬਣਾ ਲਈ ਆ ਸੜਕਾਂ ਤੋਂ ਪਹੁੰਚ ਹੀ ਨਹੀਂ ਹੈਗੀ ਤਾਂ ਉਹ ਫਿਰ ਉਨੇ ਦਿਨ ਤੁਸੀਂ ਹੈਲਡ ਅਪ ਹੋ ਜਾਂਦੇ ਹੈਗੇ। ਉਹਨੂੰ ਬਹੁਤ
ਵਧੀਆ ਆਪਾਂ ਡਿਵੈਲਪ ਕਰ ਸਕਦੇ ਹੈਗੇ ਆ ਤੇ ਇਸ ਵਾਸਤੇ ਆਪਾਂ ਸਮਾਰਟ ਸਿਟੀ ਦੇ ਅੰਦਰ ਇਹ ਪ੍ਰੋਜੈਕਟ ਲਿੱਤੇ ਸੀਗੇ ਇਹ ਥੋੜੇ ਪ੍ਰੋਜੈਕਟ ਇਸ ਹਿਸਾਬ ਨਾਲ ਡਿਵੈਲਪ ਕੀਤੇ ਜਾਣਗੇ ਕਿਉਂਕਿ ਹਰ ਪਾਰਕ ਨੂੰ ਆਪਾਂ ਇੱਕ ਥੀਮ ਦੇਵਾਂਗੇ ਜਿਹਦੇ ਵਿੱਚ ਆਪਾਂ ਬਜ਼ੁਰਗਾਂ ਵਾਸਤੇ ਬੱਚਿਆਂ ਵਾਸਤੇ ਯੂਥ ਵਾਸਤੇ ਅਲੱਗ ਅਲੱਗ ਜ਼ੋਨ ਬਣਾਵਾਂਗੇ ਜਿੱਦਾਂ ਕਿ ਬੱਚਿਆਂ ਦੇ ਝੂਲੇ ਲੈਣੇ ਹੁੰਦੇ ਉਹਨਾਂ ਵਾਸਤੇ ਸਪੈਸ਼ਲ ਤਰੀਕੇ ਦੇ ਝੂਲੇ ਹੋਣਗੇ ਛੋਟੇ ਬੱਚਿਆਂ ਵਾਸਤੇ ਲੁੱਡੋ ਜਾਂ ਚੈਸ ਦੀਆਂ ਗੇਮਸ ਹੋਣਗੀਆਂ ਜਿੱਦਾਂ ਕਿ ਮਾਰਬਲ ਦੇ ਟੇਬਲਸ ਹੁੰਦੇ ਆ ਐਂਡ ਜਿਹੜੀ ਯੂਥ ਹੈਗੀ ਆ ਉਹਦੇ ਵਾਸਤੇ ਆਪਾਂ ਬਾਸਕਟਬਾਲ ਵਾਲੀਬਾਲ ਬੈਡਮਿੰਟਨ ਦੇ ਕੋਰਟਸ ਬਣਾ ਰਹੇ ਹੈਗੇ ਪਾਰਕਾਂ ਦੇ ਅੰਦਰ ਹੀ ਐਂਡ ਬਜ਼ੁਰਗਾਂ ਵਾਸਤੇ ਆਪਾਂ ਚੱਲਣ ਵਾਸਤੇ ਟਰੈਕਸ ਬਣਾ ਰਹੇ ਹਾਂ ਬਟ ਉਹ ਟਰੈਕ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਘੱਟ ਤੋਂ ਘੱਟ ਆਪਾਂ ਕੰਕਰੀਟ ਯੂਜ਼ ਕਰੀਏ ਤੇ ਸੋਫਟ ਮਟੀਰੀਅਲ ਯੂਜ਼ ਕਰਨ ਤਾਂ ਕਿ ਉਹਨਾਂ ਨੂੰ ਚੱਲਣ ਵੇਲੇ ਕੋਈ ਗੋਡਿਆਂ ਦੀ ਜਾਂ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਤੇ ਉਹਨਾਂ ਦੇ ਜੁਆਇੰਟਸ ਉੱਤੇ ਘੱਟ ਤੋਂ ਘੱਟ ਪ੍ਰੈਸ਼ਰ ਪਏ ਤੇ ਸੋ ਆਲ ਦੀਸ ਥਿੰਗਸ ਆਪਾਂ ਹਰ ਚੀਜ਼ਾਂ ਨੂੰ ਲੈਂਦੇ ਮੱਦੇ ਨਜ਼ਰ ਰੱਖਦੇ ਹੋਏ ਇਹ ਪ੍ਰੋਜੈਕਟ ਆਪਾਂ ਡਿਵੈਲਪ ਕੀਤੇ ਹੈ। ਜੇ ਅਸੀਂ ਫਲਾਈਓਵਰ ਦੀ ਗੱਲ ਕਰ ਰਹੇ ਸੀ ਕਿਹੜੇ ਕਿਹੜੇ ਫਲਾਈਓਵਰ ਸੇ ਕਰ ਰਹੇ ਹੋ? ਇਸ ਵਿੱਚ ਆਪਾਂ 3 ਫਲਾਈਓਵਰਸ ਐਜ਼ ਅ ਪਾਇਲਟ ਬੇਸਿਸ ਲੈ ਰਹੇ ਹਾਂ ਜਿਹਦੇ ਵਿੱਚ ਕਿ DAV ਫਲਾਈਓਵਰ ਹੋਏਗਾ, ਲੰਮਾ ਪਿੰਡ ਚੌਂਕ ਫਲਾਈਓਵਰ ਹੋਏਗਾ ਐਂਡ ਪਠਾਨਕੋਟ ਫਲਾਈਓਵਰ ਹੋਏਗਾ। ਇਸ ਫਲਾਈਓਵਰ ਦੇ ਅੰਡਰ ਆਪਾਂ ਵਰਟੀਕਲ ਗਾਰਡਨਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸ਼ਹਿਰ ਨੂੰ ਹੋਰ ਹਰਾ ਭਰਾ ਕਰ ਸਕੀਏ ਕਿਉਂਕਿ ਆਪਾਂ ਦੇਖਦੇ ਹਾਂ ਜਦੋਂ ਆਪਾਂ ਇੱਕ ਏਰੀਆ ਤੋਂ ਦੂਸਰੇ ਏਰੀਆ ਜਾਂਦੇ ਹਾਂ ਤੇ ਗ੍ਰੀਨਰੀ ਸਾਨੂੰ ਬਹੁਤ ਘੱਟ ਮਿਲਦੀ ਹੈ। ਇਸ ਵਾਸਤੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਜਿਹੜੀ ਸਪੇਸ ਸਾਡੇ ਕੋਲ ਫਲਾਈਓਵਰ ਦੇ ਅੰਡਰ ਹੁੰਦੀ ਹੈ ਉਹਦੇ ਆਪਾਂ ਵਰਟੀਕਲ ਗਾਰਡਨਸ ਬਣਾ ਕੇ ਤੇ ਹੋਰ ਵਧੀਆ ਤਰੀਕੇ ਨਾਲ ਲੋਕਾਂ ਨੂੰ ਇੱਕ ਇਨਵਾਇਰਮੈਂਟ ਦਿੱਤੀ ਜਾ ਸਕੇ। ਜਿਵੇਂ ਸਾਡੇ ਬਹੁਤ ਸਾਰੇ ਇੱਧਰ ਦੁਆਬੇ ਦੇ NRI ਦਵਾਰ ਹੈਗੇ ਆ ਉਹ ਦੇ ਆਰ ਵੈਰੀ ਕੀਨ ਵੀ ਅਸੀਂ ਥੋੜਾ ਬਹੁਤਾ ਆਪਣੇ ਪੰਜਾਬ ਨੂੰ ਵਧੀਆ ਹੁੰਦਾ ਦੇਖ ਸਕਦੇ ਹੈਗੇ ਆ ਉਹ ਕੁਛ ਜੇ ਕੋਈ ਆਪਣੇ NRI ਕੋਈ ਥੋੜਾ ਬਹੁਤਾ ਪੈਸੇ ਢੇਲੇ ਦਾ ਸਹਿਯੋਗ ਕਰਨਾ ਚਾਹੇ ਉੱਦਾਂ ਦੀ ਵੀ ਪ੍ਰੋਵੀਜ਼ਨ ਹੈਗੀ ਥੋੜਾ ਬਹੁਤਾ ਉਹਨਾਂ ਨੂੰ ਇਨਵੋਲਵ ਕਰ ਸਕਦੇ? ਸਾਡੇ ਐਟ ਪ੍ਰੈਜੈਂਟ ਹਜੇ ਕਿਉਂਕਿ ਸਾਡੇ ਕੋਲ ਸਫੀਸ਼ੀਐਂਟ ਫੰਡਸ ਅਵੇਲੇਬਲ ਹੈਗੇ ਆ ਇਸ ਵਾਸਤੇ ਸਾਨੂੰ ਉਹਨਾਂ ਦੀ ਫਾਈਨੈਂਸ਼ੀਅਲ ਸਹਾਇਤਾ ਦੀ ਜ਼ਰੂਰਤ ਤੇ ਨਹੀਂ ਹੈਗੀ ਬਟ ਉਹਨਾਂ ਦੀ ਜਿੰਨੇ ਵੀ ਸੁਝਾਅ ਹੋਣਗੇ ਕਿਉਂਕਿ ਉਹ ਬਾਹਰ ਅੰਦਰ ਜਾਂਦੇ ਰਹਿੰਦੇ ਨਵੀਆਂ ਚੀਜ਼ਾਂ ਦੇਖਦੇ ਰਹਿੰਦੇ ਇਹ ਸਾਰੇ ਸੁਝਾਅ ਤੇ ਉਹਨਾਂ ਦੇ ਜਿਹੜੇ ਐਕਸਪੀਰੀਅੰਸਿਸ ਹੈਗੇ ਆ ਜਿਸ ਤਰੀਕੇ ਨਾਲ ਆਪਾਂ ਆਪਣੇ ਸ਼ਹਿਰ ਨੂੰ ਹੋਰ ਵਧੀਆ ਤਰੀਕੇ ਨਾਲ ਡਿਵੈਲਪ ਕਰ ਸਕਦੇ ਹਾਂ ਉਹ ਸਾਰੇ ਓਪੀਨੀਅਨਸ ਮੋਸਟ ਵੈਲਕਮ ਹੈਗੇ ਆ ਸਾਡੇ ਫੇਸਬੁੱਕ ਪੇਜ ਤੇ ਸਾਡੇ ਟਵਿੱਟਰ ਦੇ ਪੇਜ ਤੇ ਮੇਰੇ ਆਫਿਸ ਚ ਵੀ ਆ ਕੇ ਜਦੋਂ ਵੀ ਕੋਈ ਬੰਦਾ ਆਪਣਾ ਕੋਈ ਸੁਝਾਅ ਦੇਣਾ ਚਾਹੁੰਦਾ ਦੇ ਆਰ ਮੋਸਟ ਵੈਲਕਮ।